ਲੇਖੋਂ ਪੀਰ ਜੀ ਕੀ ਹਾਲ ਹੈ ਸਭ ਜੀ ਫਿਰ ਸਭ ਕਿਤੇ ਦਾ ਪ੍ਰੋਗਰਾਮ ਹੈ ਅੱਜ ਉਹਨਾਂ ਨੂੰ ਮੈਂ ਸੋਚਿਆ ਕਿ ਸਫਰ ਦੇ ਲਵਾਂ ਅੱਛਾ ਜੀ ਜੀ ਉਹ ਤੁਹਾਨੂੰ ਪਤਾ ਵੀ ਹੈ ਤਾਂ ਕੁੱਤਾ ਵੀ ਹਾਂਜੀ ਡਿਟੇਲ ਵੀ ਅਸੀਂ ਦਿਸਾਂ ਵਾਪਸ ਆ ਕੇ ਸ਼ਾਮ ਨੂੰ ਅੱਛਾ ਜੀ ਬਾਕੀ ਕੀ ਨਾ ਅੱਜ ਅਸੀਂ ਸ਼ਿਕਾਰ ਤੇ ਜਾਂਦੇ ਪਏ ਆ ਠੀਕ ਹੋ ਗਿਆ ਜੀ ਪ੍ਰੋਗਰਾਮ ਹੈ ਉਹਨਾਂ ਨੂੰ ਸਫਰ ਦੇ ਮਨਾਂ ਹਾਂਜੀ ਠੀਕ ਹੋ ਗਿਆ ਜੀ ਸ਼ਿਕਾਰ ਤੇ ਜਾ ਰਹੇ ਹਾਂ ਠੀਕ ਹੋ ਗਿਆ ਜੀ ਕਿਵੇਂ ਦਾ ਫੀਲ ਕਰ ਰਹੇ ਹੋ ਤੁਸੀਂ ਬੜਾ ਮਤਲਬ ਕਿ ਫਰੈਸ਼ ਫੀਲ ਕਰ ਰਹੇ ਹਾਂ ਸਵੇਰ ਸਵੇਰ ਦਾ ਉੱਠ ਕੇ शिकार की छत पे करन जा रहे हो जी ਦਰਿਆ ਤੇ ਜਾ ਰਹੇ ਹੋ ਜੀ ਦਰਿਆ ਤੇ ਜਾਂਦੇ ਪਏ ਮੱਛੀਆਂ ਦਾ ਸ਼ਿਕਾਰ ਪੈ ਰਿਹਾ ਪ੍ਰੋਗਰਾਮ ਆਈ ਹਾਂਜੀ ਪਰ ਜਾਲ ਵਗੈਰਾ ਨਹੀਂ ਲੱਭਿਆ ਤੇ ਕੈਨਸਲ ਹੋ ਗਿਆ ਪ੍ਰੋਗਰਾਮ ਠੀਕ ਹੋ ਗਿਆ ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ ਜੀ ਸਵੇਰ ਸਵੇਰ ਠੰਡ ਵੀ ਥੋੜੀ ਜਿਹੀ ਪੈ ਰਹੀ ਕਾਫੀ ਖਾਸੀ ਪੈ ਰਹੀ ਹੈ ਹਾਂਜੀ ਤਾਂ ਹੀ ਇਹਨਾਂ ਨਾਲ ਵਿੱਚ ਗੱਡੀ ਵੀ ਆ ਰਹੀ ਹੈ ਪਿਜੈਰੋ ਹਾਂਜੀ ਬਿਲਕੁਲ ਆ ਰਹੀ ਹੈ ਕਿ ਅਗਰ ਠੰਡ ਲੱਗ ਵੀ ਜਾਂਦੀ ਹੈ ਹਾਂਜੀ ਸਰ ਘੋੜਿਆਂ ਨੂੰ ਅੱਗੇ ਜਾਂਦੇ ਪਏ ਅਸੀਂ ਡੇਰੇ ਤੇ ਹਾਂਜੀ ਬਿਲਕੁਲ ਜੀ ਕੁਝ ਵੀ ਆਵਰਾਰ ਟੈਂਟ ਮੇਕਿੰਗ ਕਲੱਬ ਆਫ ਪਾਕਿਸਤਾਨ ਦੇ ਐਂਡ ਪੀਰ ਜ਼ੇਰ ਸ਼ਾਹ ਹਾਂਜੀ ਉਹਨਾਂ ਦੇ ਡੇਰੇ ਤੇ ਘੋੜੇ ਵੀ ਛੱਤ ਖਲਾਰ ਦੇ ਸਕਦੇ ਅਗਰ ਜ਼ਿਆਦਾ ਠੰਡ ਪਈ ਅੱਛਾ ਜੀ ਤੇ ਗੱਡੀ ਦੇ ਸਕਦੇ ਠੀਕ ਹੋ ਗਿਆ ਜੀ ਕਿੰਨਾ ਇੱਕ ਸਫਰ ਰਹਿ ਗਿਆ ਜੀ ਇੱਥੋਂ ਦਰਿਆ ਦਾ ਹਾਲੀ ਕੋਈ 18 ਕਿਲੋਮੀਟਰ ਟੋਟਲ ਬਣਦਾ ਅੱਛਾ ਜੀ ਗੱਡੀ ਤੇ ਜਾਵੀਏ ਤਾਂ ਕੋਈ 5 ਮਿੰਟ ਲੱਗਦੇ ਹਨ ਹਾਂਜੀ ਘੋੜੇ ਤੇ ਜਾਵੀਏ ਤੇ ਘੰਟਾ ਘੰਟਾ ਵੀ ਲੱਗ ਜਾਂਦਾ ਅੱਛਾ ਠੀਕ ਲੇਕਿਨ ਅਸੀਂ ਆਏ ਕਿ ਹੁਣ ਕੱਚਾ ਰੋਡ ਸਾਹਮਣੇ ਆਇਆ ਤੇ ਉੱਥੇ ਬਸ ਜਿੱਥੇ ਰੇੜੇ ਛੇੜੇ ਲੱਗੇ ਹੋਏ ਹਾਂਜੀ ਉਹ ਕੀ ਮੈਂ ਨਾਜ਼ਰੀਨ ਉਹਨਾਂ ਨੂੰ ਵੀ ਵਿਖਾ ਦਿਓ ਤੇ ਕਿ ਨੇ ਇੱਥੇ ਜਿੱਥੇ ਉਹ ਵਗੈਰਾ ਖੇਤਣਾ ਭਰਾ ਹਾਂਜੀ ਉੱਥੇ ਕਰਕੇ ਕੱਚਾ ਰਾਹ ਆ ਜਾਣਾ ਹਾਂਜੀ ਉਸ ਕੱਚੇ ਰਾਹ ਤੇ ਅਸੀਂ ਸ਼ੋਰ ਵਗੈਰਾ ਨਾਲ ਟ੍ਰੌਟ ਟੈਂਟ ਸ਼ੁਰੂ ਕਰਵਾ ਦਿੰਦੇ ਫਿਰ ਇਸ ਨੂੰ ਤਾਂ ਟ੍ਰੇਨਿੰਗ ਦੇ ਰਹੇ ਹਾਂ ਟ੍ਰੌਟ ਦੀ ਕਿਉਂਕਿ ਇਹਨੂੰ ਸਵਾਰਾਂ ਦੀ ਸਵਾਰਾਂ ਦੇ ਕੋਲ ਰਿਹਾ ਤੇ ਉਹਨੂੰ ਫਾੜਕ ਕਰ ਦਿੱਤਾ ਅੱਛਾ ਜੀ ਇਹ ਦੁੜਕੀ ਦੀ ਵਾਲੀ ਟ੍ਰੇਨਿੰਗ ਮਿਲ ਰਹੀ ਹੈ ਤੇ ਥੋੜ੍ਹੀ ਥੋੜ੍ਹੀ ਨਾ ਕੈਂਟਰ ਕਰਾਉਣ ਤੋਂ ਬਾਅਦ ਰੁਕ ਕੇ ਦੁੜਕੀ ਕਰਨ ਲੱਗ ਘੋੜਿਆਂ ਦੀ ਇਸ ਤਰੀਕੇ ਪ੍ਰੈਕਟਿਸ ਹੋ ਜਾਂਦੀ ਜਾਂਦੇ ਉਹ ਦਰਿਆ ਤੇ ਤਾਂ ਹਾਂ ਇਹ ਘੋੜਿਆਂ ਨਾਲ ਕਿ ਜਿਵੇਂ ਤਾਂ ਸਕੂਲ ਵਰਕਸ ਦੀ ਗੱਲ ਕੀਤੀ ਆਈ ਹਾਂਜੀ ਉਵੇਂ ਘੋੜਿਆਂ ਨਾਲ ਵੀ ਬੌਂਡ ਪੈਦਾ ਹੁੰਦਾ ਮਤਲਬ ਕਿ ਫਰੈਂਡਸ਼ਿਪ ਪੈਦਾ ਹੁੰਦੀ ਠੀਕ ਹੋ ਗਿਆ ਜੀ ਤੇ ਕਿ ਨਾ ਹੁਣ ਜਿਵੇਂ ਖੁੰਨਾ ਕੇ ਮਾਰੀ ਜਾਂਦਾ ਹੈ ਉਹ ਵੇਖ ਉਹ ਸ਼ਬਾ ਖਾ ਬਚਾ ਕੇ ਯਾਰਾ ਉਹ ਤੇਰੀ ਕਰਤਾ ਪਿਆ ਜੀ ਫਿਰ ਗੜਾ ਹੁਣ ਇਹ ਜਿਵੇਂ ਖੁੰਨਾ ਕੇ ਮਾਰ ਜਾਂਦਾ ਹੈ ਮਤਲਬ ਕਿ ਹਾਂਜੀ ਇਹ ਹੁੰਦਾ ਹੈ ਜਿਹੜਾ ਘੋੜਾ ਹੈ ਨਾ ਖੁੱਲਦਾ ਤੇ ਖੁਸ਼ ਹੁੰਦਾ ਅੱਛਾ ਜੀ ਪਰ ਮੈਂ ਨਾ ਜਿਹੜੇ ਵੀ ਬੰਦੇ ਘੋੜਿਆਂ ਤੇ ਹੁੰਦੇ ਹਾਂਜੀ ਉਹਨਾਂ ਦੇ ਨਾਲ ਅਸੀਂ ਇੱਕ ਚੈਲੰਜ ਲਾਇਆ ਕਿ ਕਿਹੜੇ ਸਭ ਤੋਂ ਜ਼ਿਆਦਾ ਪਿੰਨਾ ਕੇ ਮਾਰੇ ਅੱਛਾ ਜੀ ਫਿਲਹਾਲ ਤਾਂ ਮੇਰੇ ਘੋੜੇ ਤੁਹਾਡੇ ਨਾਲ ਤਿੰਨ ਮਾਰੇ ਨੇ ਤੇ ਪਿੱਛਾ ਵੀ ਦੋ ਮਾਰੇ ਠੀਕ ਹੋ ਗਿਆ ਜੀ ਤੇ ਹੁਣ ਪਹਿਲੇ ਨੰਬਰ ਤੇ ਆਇਆ ਥਲੇ ਕਿਉਂਕਿ ਇਹਦੇ ਪੰਜ ਐਂਡ ਟੋਟਲ ਠੀਕ ਹੋ ਗਿਆ ਜੀ ਪਿਛਲੇ ਸਾਵੇ ਦੇ ਜੀ ਦੋ ਐਂਡ ਠੀਕ ਹੋ ਗਿਆ ਤੇ ਇੱਕ ਹੈ ਸਾਵਾ ਐਂਡ ਜੀ ਜ਼ੀਰੋ ਐਂਡ ਅੱਛਾ ਜੀ ਇਹਦਾ ਜ਼ੀਰੋ ਜ਼ੀਰੋ ਠੀਕ ਹੋ ਗਿਆ ਅਰਦਾ ਪਿਆ ਮਤਲਬ ਤੂੰ ਬਹੁਤ ਸ਼ੁਕਰੀਆ ਬਸ ਕੱਚਾ ਰਾ ਵੀ ਆ ਗਿਆ ਸਾਵੇਂ ਬਿਲਕੁਲ ਸਾਵੇਂ ਇੱਕ ਸਾਡੀ ਸ਼ੋਰ ਸਟਾਰਟ ਹੋ ਜਾਂਦੀ ਠੀਕ ਹੋ ਗਿਆ ਜੀ